ਪਿਛਲੇ 2 ਦਿਨ ਤੋਂ ਕਾਲਾਂ ਕੀਤੀਆਂ ਕਿ ਜੋ ਕੁਛ ਜਿਸ ਢੰਗ ਨਾਲ ਮਾਨ ਸਾਹਿਬ ਨੇ ਸਥਿਤੀ ਨੂੰ ਸਾਂਭਿਆ ਉਹ ਵਧਾਈ ਦੇ ਹੱਕਦਾਰ ਨੇ, ਲੋਕ ਖੁਸ਼ ਨੇ। ਔਰ ਉਹਨਾਂ ਨੂੰ ਹੋਰ ਲੱਗਾ ਕਿ ਯਾਰ ਵਾਕਿਆ ਹੀ ਐਡੀ ਗੰਭੀਰ ਸਥਿਤੀ ਨੂੰ ਕੰਟਰੋਲ ਕਰਨਾ ਔਰ ਕਿਸੇ ਪੰਜਾਬੀ ਦਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈ ਕੇ ਪੰਜਾਬ ਦੇ ਕਿਸੇ ਵੀ ਸਿੱਖ ਦਾ, ਕਿਸੇ ਪੰਜਾਬੀ ਦਾ, ਕਿਸੇ ਪੰਜਾਬ ਦੀ ਗਲੀ ਦਾ, ਪਿੰਡ ਦਾ ਕਿਤੇ ਕੋਈ ਨੁਕਸਾਨ ਨਹੀਂ ਕੀਤਾ। ਕਿਤੇ ਕੋਈ ਅਥਰੂ ਗੈਸ, ਕਿਤੇ ਕੋਈ ਲਾਠੀਚਾਰਜ, ਕਿਤੇ ਕੋਈ ਗੋਲੀ, ਕਿਤੇ ਕੁਛ ਨਾ ਕਰਦੇ ਹੋਏ ਜਿਸ ਢੰਗ ਦੇ ਨਾਲ ਸਥਿਤੀ ਨੂੰ ਜਿਹੜਾ ਸਾਂਭਿਆ, ਕੰਟਰੋਲ ਕੀਤਾ, ਉਹ ਇੱਕ ਸ਼ਲਾਘਾਯੋਗ ਕਦਮ ਹੈ। ਔਰ ਪੂਰੇ ਦੁਨੀਆ ਦੇ ਲੋਕ ਇਸ ਗੱਲ 'ਤੇ ਖੁਸ਼ ਨੇ। ਔਰ ਇੱਕ ਗੱਲ ਸਪਸ਼ਟ ਹੋ ਗਈ ਕਿ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਵਿਕਾਸ ਦੀਆਂ ਲੀਹਾਂ 'ਤੇ ਚੱਲ ਰਿਹਾ। ਜਿਹੜਾ ਵੀ ਕੋਈ ਬੰਦਾ ਇਹਨਾਂ ਵਿਕਾਸ ਦੀਆਂ ਲੀਹਾਂ ਤੋਂ ਪੰਜਾਬ ਨੂੰ ਲਾਉਣ ਦੀ ਕੋਸ਼ਿਸ਼ ਕਰੂਗਾ, ਉਸ ਬੰਦੇ ਦੇ ਅੰਗੇਸ਼ 'ਚ ਸਖ਼ਤ ਕਾਰਵਾਈ ਜਿਹੜੀ ਕੀਤੀ ਜਾਊਗੀ। ਪੰਜਾਬ ਦੇ ਕੁੜੀਆਂ ਅਤੇ ਮੁੰਡਿਆਂ, ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਗੋਲੀਆਂ ਦੀ ਜਾਂ ਬੰਦੂਕਾਂ ਦੀ ਲੋੜ ਨਹੀਂ, ਜੌਬਾਂ ਅਤੇ ਲੈਪਟੋਪਾਂ ਦੀ ਲੋੜ ਹੈ। ਜਿਹੜੀ ਕੋਸ਼ਿਸ਼ ਸਰਦਾਰ ਭਗਵੰਤ ਸਿੰਘ ਮਾਨ ਜੀ ਕਰ ਰਹੇ ਹੈ, ਜਿੰਨਾ ਵਿਕਾਸ, ਜਿੰਨੀਆਂ ਲੋਕਾਂ ਨੂੰ ਨੌਕਰੀਆਂ ਦਿੱਤੀਆਂ, ਇਸ ਲਈ ਪੰਜਾਬ ਇੱਕ ਇਮਾਨਦਾਰ ਮੁੱਖ ਮੰਤਰੀ ਦੇ ਹੱਥਾਂ ਦੇ ਵਿੱਚ ਹੈ ਔਰ ਵਿਕਾਸ ਦੀਆਂ ਲੀਹਾਂ 'ਤੇ ਹੈ। ਉਦੋਂ ਵਿਕਾਸ ਦੀਆਂ ਲੀਹਾਂ ਤੋਂ ਪੰਜਾਬ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਕਦੀ ਨਹੀਂ ਲੱਥਣ ਦਊਗੀ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਆਜ ਪ੍ਰਕਾਸ਼ ਟੀਵੀ ਔਰ ਬੈਲ ਆਇਕਨ ਦਬਾਨਾ ਨਾ ਭੁਲੇ।